मोड़ रिलीज़ हुई है तो अच्छ साडे नाल ओक शख्स मौजूद ने जिन्होंने मोड़ मूवी से जान पाई है। मूवी की शान बंदे ने बड़ी कमाल कमाल मूवी है। पर भाजी थोड़े तो मेरा सवाल है, एक तो समाइल बड़ी प्यारी लग रही है। थैंक यू। तुम यही लिबास चो यही किरदार चो बड़ी लंबी मूवी रही, हूँ इस किरदार तो लिबास चो निकलने का दिल नहीं कर रहा। मैं लगता है एक्चुअली वर्दी में साढ़े नाल प्यार हो गया तो सानू वर्दी नाल प्यार हो गया। सो गल है कि काफ़ी दिनों का साथ है, 50 कुछ दिनों का साथ है और 50 नहीं 50-60 हो गए हूँ। असी प्रमोशन से भी लगे हुए थे। हेलो, कैसी लगी मूवी? अच्छी लगी। वाह, बहुत अच्छी लगी, बहुत अच्छी। अच्छा ऐसा कर दो फिर, अगर मूवी अच्छी लगी तो ऐसे कर दो। अच्छा तो देखो जी, मेरी ये ग्रैंड डॉटर है। सो इस ग्रैंड डॉटर स्पेशल फिल्म देखना ही मौड़। और इनू भी मैं पूछा है, बच्चा इनू कुछ नहीं पता, लेकिन ये भी कहती कि मैं क्या मूवी कैसी लगी, कहती अच्छी लगी। सो यदा मतलब बच्चों भी चंगी लग रही है। सो थैंक यू तहजीब बमरा, थैंक यू वेरी मच, थैंक यू कर दो। ਜੀ ਮੂਵੀ ਬੱਚਿਆਂ ਨੂੰ ਵਧੀਆ ਲੱਗੀ ਤੇ ਇਹ ਯੂਥ ਨੂੰ ਕੀ ਮੈਸੇਜ ਦੇਗੀ? ਇੱਕ ਅਨਖ ਦਾ ਮੈਸੇਜ ਹੈ। ਤੂੰ ਵੀ ਯੂਥ ਹੈ, ਤੈਨੂੰ ਦੱਸ ਕਿਸ ਤਰ੍ਹਾਂ ਦੀ ਲੱਗੀ ਫਿਲਮ? ਮੈਨੂੰ ਇਹ ਮੈਸੇਜ ਦਿੱਤਾ ਕਿ ਜਿੱਥੇ ਕੰਮ ਠਹਿਰਾਵ ਨਾਲ ਹੈ ਠੀਕ ਹੈ, ਲੇਕਿਨ ਜਿੱਥੇ ਅਨਖ ਦੀ ਗੱਲ ਆ ਗਈ ਉੱਥੇ ਫਿਰ ਅਨਖ ਦੀ ਬੱਚੇ ਦੇ। ਹਾਂ ਨਹੀਂ, ਮੂਵੀ ਦੇ ਵਿੱਚ ਸਾਰੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਐਮੀ ਬਾਈ ਨੇ, ਦੇਵ ਬਾਈ ਨੇ, ਜਰਨੈਲ ਭਾਜੀ ਨੇ, ਅਮੀਕ ਵੀਰੇ ਨੇ, ਨਾਇਕਰਾ ਹੋਣਾ ਨੇ, ਕੋਈ ਪਾਤਰ ਹਾਂ ਆਪਣਾ ਵਿਰਕ ਵਿਕਰਮਜੀਤ ਵਿਰਕ ਡੋਗਰ ਸਾਹਿਬ। ਸੋ ਸਭ ਨੇ ਇੱਕ ਆਪਣੀ ਆਪਣੀ ਇੱਕ ਭੂਮਿਕਾ ਨਿਭਾਈ ਹੈ, ਇੱਕ ਛੋਟੇ ਛੋਟੇ ਮੋਤੀ ਪਰੋ ਕੇ ਇੱਕ ਮਾਲਾ ਬਣੀ ਹੈ। ਸੋ ਮਾਲਾ ਜਿਹਦਾ ਨਾਮ ਹੈਗਾ ਮੌੜ, ਹਰ ਕਿਰਦਾਰ ਆਪਣੀ ਜਗ੍ਹਾ ਦੇ ਉੱਤੇ ਇੱਕ ਬਿਲਕੁਲ ਫਿੱਟ ਹੋਇਆ ਹੋਇਆ। ਸੋ ਬਹੁਤ ਹੀ ਅੱਛੀ ਮੂਵੀ ਔਰ ਬਹੁਤ ਹੀ ਅੱਛਾ ਇੱਕ ਮਾਣ ਮਹਿਸੂਸ ਹੋ ਰਿਹਾ ਕਿ ਇੱਕ ਹਿਸਟਰੀ ਦਾ ਪਾਰਟ, ਇੱਕ ਹਿਸਟਰੀ ਹੈ ਔਰ ਉਸਦੇ ਅੱਜ ਅਗਰ ਉਹਦੇ ਉੱਤੇ ਇੱਕ ਫਿਲਮ ਬਣੀ ਹੈ ਤਾਂ ਉਹਦੇ ਵਿੱਚ ਮੇਰਾ ਵੀ ਇੱਕ ਪਾਤਰ ਹੈ, ਰਾਮ ਸਿੰਘ ਦਾ, ਹਣੇਦਾਰ ਦਾ। ਸੋ ਥੈਂਕ ਯੂ ਸੋ ਮੱਚ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਪਲੀਜ਼ ਤੁਸੀਂ ਥੀਏਟਰ 'ਚ ਜਾ ਕੇ ਮੂਵੀ ਜ਼ਰੂਰ ਦੇਖੋ, ਯੂ ਵਿਲ ਲਵ ਦੈਟ। ਆਪਣੀ ਫੈਮਿਲੀ ਨਾਲ ਜਾਇਓ, ਸਪੈਸ਼ਲੀ ਆਪਣੀ ਗ੍ਰੈਂਡ ਡਾਟਰ ਨਾਲ, ਇਫ ਯੂ ਹੈਵ। ਥੈਂਕ ਯੂ ਥਾਣੇਦਾਰ ਜੀ, ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ। ਤਾਂ ਮੋੜ ਮੂਵੀ ਰਿਲੀਜ਼ ਹੋਈ ਹੈ, ਬੜੀ ਸ਼ਾਨਦਾਰ ਮੂਵੀ ਹੈ, ਬੜੀ ਜਾਨਦਾਰ ਮੂਵੀ ਹੈ ਤੇ ਸਾਡੇ ਨਾਲ ਜੋ ਨੇ ਜਿੰਨਾ ਬਿਨਾ ਮੈਨੂੰ ਲੱਗਦਾ ਮੂਵੀ 'ਚ ਜਾਨ ਨਹੀਂ ਪੈਣੀ ਸੀ, ਇਹ ਮੂਵੀ ਦੀ ਸ਼ਾਨ ਨੇ। ਅੱਛਾ ਅਸਲ ਜ਼ਿੰਦਗੀ 'ਚ ਮੈਂ ਦੇਖ ਰਿਹਾ ਇਹਨਾਂ ਦੀ ਸਮਾਈਲ ਬੜੀ ਪਿਆਰੀ ਹੈ, ਬਟ ਫਿਲਮ 'ਚ ਇਹਨਾਂ ਦੀ ਸਮਾਈਲ ਨਹੀਂ ਦਿਖੀ। ਪਰ ਭਾਜੀ ਇਹ ਜੋ ਇਹ ਤੁਹਾਡਾ ਨੈਚੁਰਲ ਕਿਰਦਾਰ ਬਾਹਰ ਦਿਖ ਰਿਹਾ, ਬਟ ਤੁਸੀਂ ਉਸ ਲਿਬਾਸ 'ਚ ਹੋ, ਅੱਜ ਵੀ ਉਸ ਲਿਬਾਸ 'ਚ ਆਏ ਹੋ, ਉਸ ਲਿਬਾਸ 'ਚ ਰਹਿਣਾ, ਉਸ ਲਿਬਾਸ 'ਚ ਘੁਸਣਾ, ਕਿਉਂਕਿ ਮੈਂ ਅੱਗੇ ਕਿਹਾ ਤੁਸੀਂ ਮੂਵੀ 'ਚ ਸਮਾਈਲ ਨਹੀਂ ਕਰਦੇ ਨਜ਼ਰ ਆਉਂਦੇ, ਇਹ ਕਿੰਨਾ ਕੁ ਮਜ਼ੇਦਾਰ ਨਵਾਂ ਐਡਵੈਂਚਰਸ ਤੇ ਕਿਵੇਂ ਐਕਸਾਈਟਮੈਂਟ ਦਾ ਭਰਿਆ ਸੀ? ਬਹੁਤ ਮਜ਼ਾ ਸੀ ਭਾਜੀ, ਬਹੁਤ ਅਨਲਿਮਿਟਿਡ ਫਨ, ਬਹੁਤ ਯਾਦਾਂ ਨੇ ਜੀ ਫਿਲਮ ਸੈੱਟ ਤੋਂ। ਬਹੁਤ ਘੱਟ ਸਮਾਂ ਹੁੰਦਾ ਸੀ ਜਦੋਂ ਐਕਸ਼ਨ ਤੇ ਕੱਟ ਦੇ ਵਿੱਚ ਆਪਾਂ ਗੁਜ਼ਾਰਦੇ ਹੁੰਦੇ ਸੀਗੇ, ਜਿਹਦੇ 'ਚ ਇੱਕ ਪ੍ਰਾਊਨ ਗੁੱਸੇ ਵਾਲਾ ਫੇਸ ਰੱਖਣਾ ਪੈਂਦਾ ਸੀਗਾ, ਬਟ ਮੈਕਸੀਮਮ 90% ਦਾ ਟਾਈਮ ਐਕਸ਼ਨ ਕੱਟ ਨਹੀਂ ਹੁੰਦਾ, ਸੈੱਟ 'ਤੇ ਤਿਆਰੀਆਂ ਹੋ ਰਹੀਆਂ ਨੇ, ਸੀਨ ਦੀ ਰਿਹਰਸਲ ਹੋ ਰਹੀ ਹੈ, ਉਹ ਥਰੂ ਆਊਟ ਸਮਾਈਲ ਹੀ ਸੀਗਾ। ਸੋ ਫਰਾਊਨ ਵਾਜ਼ ਨੋਟ ਡਿਫੀਕਲਟ, ਕਿਉਂਕਿ ਮੈਂ ਬਹੁਤ ਜ਼ਿਆਦਾ ਨਹੀਂ ਕੀਤੀ, ਜਦੋਂ ਜਦੋਂ ਐਕਸ਼ਨ ਕੱਟ 'ਚ ਕਰਨੀ ਪੈਂਦੀ ਸੀ ਆਈ ਕੁਡ ਹੈਵ ਡਨ ਇਟ। ਅਤੇ ਭਾਜੀ ਐਕਸੈਂਟ ਦੇ ਵਿੱਚ ਘੁਸਣਾ, ਅਗਰ ਜੇ ਪੰਜਾਬੀ ਬੋਲਣ ਤੁਸੀਂ ਪੂਰੇ ਉਸ ਐਕਸੈਂਟ ਨੂੰ ਚੇਂਜ ਕਰਨਾ, ਇੰਗਲਿਸ਼ ਦੇ ਇੱਕ ਦੋ ਡਾਇਲੋਗ ਸੀ ਤੁਹਾਡੇ ਮੂਵੀ ਦੇ ਵਿੱਚ, ਉਹ ਪੂਰਾ ਉਸ ਐਕਸੈਂਟ 'ਚ ਜਾਣਾ, ਇਹ ਭਾਸ਼ਾ ਕਨਵਰਟ ਕਰਨਾ ਕਿਵੇਂ ਰਿਹਾ ਸਭ? ਮੈਨੂੰ ਲੱਗਦਾ ਬਈ ਐਕਸੈਂਟ ਵਾਲੇ ਨੰਬਰ ਤਾਂ ਸਿਰਫ ਯੂਕੇ ਵਾਲੇ ਬੰਦੇ ਦੇਣਗੇ, ਉਹਨਾਂ ਨੇ ਮੇਰੇ 'ਚ 100 ਗਲਤੀਆਂ ਕੱਢਣੀਆਂ ਹੋਣਗੀਆਂ ਮੇਰੇ ਐਕਸੈਂਟ ਵਿੱਚ। ਮੈਂ ਕੋਸ਼ਿਸ਼ ਕੀਤੀ ਆ, ਬਿਕੋਜ਼ ਆਈ ਐਮ ਨੋਟ ਅ ਬ੍ਰਿਟਿਸ਼ ਸਿਟੀਜ਼ਨ ਔਰ ਬੋਰਨ ਬੋਰਡ ਆਫ ਦੇਅਰ, ਅਤੇ ਇੱਕ ਪੜ੍ਹ ਕੇ ਇੱਧਰੋਂ ਉੱਧਰੋਂ ਗੂਗਲ ਤੋਂ ਵੀ ਆਰ ਕਿ ਬ੍ਰਿਟਿਸ਼ ਐਕਸੈਂਟ 'ਚ ਕਿਵੇਂ ਹੁੰਦਾ, ਆਈ ਟਰਾਈਡ ਮਾਈ ਬੈਸਟ ਐਂਡ ਹੋਪਫੁਲੀ ਜਿਹੜੇ ਉੱਧਰ ਦੇ ਪ੍ਰੋਪਰ ਇੰਗਲਿਸ਼ ਬੋਲਣ ਵਾਲੇ ਬੰਦੇ ਨੇ ਉਹ ਜੇ ਮੇਰੇ ਤੋਂ ਕੋਈ ਗਲਤੀ ਭੁੱਲ ਚੁੱਕ ਹੋਈ ਆ ਉਹ ਮਾਫ਼ ਕਰਨ। ਇਟ ਵਾਜ਼ ਜਸਟ ਐਨ ਆਨਰ ਆਨੈਸਟ ਮਿਸਟੇਕ। ਥੈਂਕ ਯੂ ਭਾਜੀ। ਇੰਨੇ ਦਿਨ ਮੂਵੀ ਦਾ ਸ਼ੂਟ ਰਿਹਾ, ਇੰਨੇ ਦਿਨ ਮੂਵੀ ਬਣਨ 'ਤੇ ਟਾਈਮ ਲੱਗਿਆ, ਅਤੇ ਤੁਸੀਂ ਉਸ ਕਿਰਦਾਰ 'ਚ ਰਹੇ ਅਤੇ ਅੱਜ ਵੀ ਦੇਖ ਰਹੇ ਤੁਸੀਂ ਉਹੀ ਲਿਬਾਸ 'ਚ ਹੋ, ਕਿ ਹੁਣ ਦਿਲ ਨਹੀਂ ਕਰ ਰਿਹਾ ਉਸ ਲਿਬਾਸ 'ਚੋਂ ਨਿਕਲਣ ਦਾ? ਨਹੀਂ ਕਰ ਰਿਹਾ ਭਾਈ, ਇਹ ਬੜਾ ਇਹ ਬੜੀ ਦੁੱਖ ਵਾਲੀ ਗੱਲ ਆ ਵੀ ਸਾਨੂੰ ਕੱਲ੍ਹ ਤੋਂ ਇਹ ਦੁਬਾਰਾ ਪਾਉਣ ਦਾ ਮੌਕਾ ਨਹੀਂ ਮਿਲਣਾ, ਪਰ ਇਹ ਅੱਜ ਰਾਤ ਮੈਂ ਪ੍ਰੋਡਕਸ਼ਨ ਵਾਲਿਆਂ ਨੂੰ ਵਾਪਸ ਨਹੀਂ ਕਰਨਾ, ਮੈਂ ਇਹਨੂੰ ਕਹਿ ਚੁੱਕਿਆ, ਮੈਂ ਇੱਥੋਂ ਹੀ ਫਰਾਰ ਹੋਣ ਲੱਗਿਆ। ਇਹ ਦੇਖ ਰਿਹਾ ਕਿ ਮੂਵੀ ਨਾਲ ਕਿਵੇਂ ਦਾ ਪਿਆਰ ਆ ਭਾਜੀ, ਮੂਵੀ ਦੇ ਅੰਦਰ ਕੈਮਿਸਟਰੀ ਕਿਵੇਂ ਰਹੀ, ਕਿਉਂਕਿ ਬਹੁਤ ਜ਼ਿਆਦਾ ਸਟਾਰ ਕਾਸਟ ਬਹੁਤ ਵੱਡੀ ਸੀਗੀ ਅਤੇ ਬਹੁਤ ਜ਼ਿਆਦਾ ਸਾਰਿਆਂ ਨੂੰ ਕਈ ਵਾਰੀ ਅਗਰ ਵੱਡੇ ਚਿਹਰੇ ਹੁੰਦੇ ਨੇ ਹੈਂਡਲ ਕਰਨਾ ਮੁਸ਼ਕਿਲ ਹੋ ਜਾਂਦਾ, ਪਰ ਦੇਖ ਰਿਹਾ ਕਿ ਆਪਸ 'ਚ ਬੜਾ ਪਿਆਰ ਬੜਾ ਮੋਹ ਬਣ ਗਿਆ, ਇੱਕ ਪਰਿਵਾਰ ਬਣ ਜਾਂਦਾ ਭਾਜੀ। ਬਿਲਕੁਲ ਭਾਜੀ, ਇੱਕ ਪਰਿਵਾਰ ਬਣ ਜਾਂਦਾ, ਹੈਂਡਲ ਕਰਨਾ ਮੁਸ਼ਕਿਲ ਹੁੰਦਾ ਹੀ ਨਹੀਂ, ਕਿਉਂਕਿ ਸਾਰਿਆਂ ਦੀ ਆਪਣੀ ਫਿਲਮ ਹੈ। ਐਮੀ ਬਾਈ ਨੇ ਇਹਨੂੰ ਉਵੇਂ ਕੀਤਾ ਵੀ ਮੇਰੇ ਪ੍ਰੋਡਕਸ਼ਨ ਹਾਊਸ ਦੀ ਫਿਲਮ ਆ ਮੇਰੀ ਫਿਲਮ ਆ, ਦੇਵ ਬਾਈ ਨੇ ਸੇਮ ਐਵੇਂ ਕੀਤਾ, ਕੁਲਜਿੰਦਰ ਭਾਜੀ ਨੇ, ਵਿਕਰਮ ਵਿਰਕ ਨੇ, ਪਰਮਵੀਰ ਭਾਜੀ ਨੇ, ਨਾਇਕਰਾ ਜੀ ਨੇ, ਮੈਂ, ਅਸੀਂ ਆਪਣੇ ਨੂੰ ਕਦੀ ਐਜ਼ ਐਕਟਰਸ ਵੀ ਇੰਨੇ ਤੋਂ ਇੰਨੇ ਡੇਟ ਆ, ਇੰਨੇ ਤੋਂ ਇੰਨੇ ਟਾਈਮ ਆ, ਕਦੀ ਨਹੀਂ ਆਏ। ਸਾਨੂੰ ਕਈ ਵਾਰੀ 16-16 ਘੰਟੇ ਕੰਮ ਕਰਨਾ ਪਿਆ ਸੀ ਬਗੈਰ ਪ੍ਰੋਬਲਮ, ਕਿਉਂਕਿ ਸਾਡਾ ਉੱਥੇ ਰਹਿਣ ਦਾ ਬਹੁਤ ਜ਼ਿਆਦਾ ਚਾਅ ਚੜਿਆ ਹੁੰਦਾ ਸੀਗਾ, ਸਾਨੂੰ ਸਗੋਂ ਜਾਣਾ ਔਖਾ ਲੱਗਦਾ ਸੀ, ਰਹਿਣਾ ਸੌਖਾ ਲੱਗਦਾ ਸੀ।
सो असी लकी सीगे सानू वध तो वध समा उत्थे बिताउण दा टाइम मिलिया ते असी ओह इह जिहियां यादां लैके चले आ उस थां तों वी तुसीं सोच ही नहीं सकदे। नायकड़ा जी दी डेब्यू मूवी है, तुसीं उहनां नूं बड़े करीब तो देखिया है पर सानू थिएटर च देखण ते लग नहीं रहा सी कि उहनां दी पहली मूवी है। उहनां नाल काम करना ते ओह किवें किवें दा तुहानूं करैक्टर लग्गिया इक असल जिंदगी च ते किवें लर्निंग फेस आ इहनां एवें लग बड़ा एक्सपीरियंस जिहड़ा लग रहा है ओह किवें एक्सपीरियंस रहा तुहाडा उहनां नाल काम करना? बहुत ही नाइस स्वीट इक पाक मित्र रूह ने जी। मैं सैट ते उन्होंने सिर्फ ऑफ कैमरा मिले क्योंकि साडे कंबाइन शॉट्स नहीं सी किते वी ते मेरे जां एमी उन्होंने आउंदे सीगे जां देव भाई उन्होंने आउंदे सीगे उन्हां नाल मेरा इकट्ठा काम पर मैं उन्हां दिनां च उधर ही हुंदा सीगा। मैं कुर्सी ते बैठ के उन्हां दा काम वेखदा सीगा ते जिवें मैनूं कई थावां तों सुणन मिलिया कहिंदा भाई तुहानूं लगदा नहीं वी तुहाडी इह पहली फिल्म है। मैनूं नायकरा जी बारे ते मार्क रंधावा जिहड़े जिन्हां दी पहली फिल्म है उन्हां बारे लिटरली कोई नहीं कह सकदा वी इहनां दी वी पहली फिल्म है। ਇਹ ਕੰਮ ਕਰਾਉਣ ਵਾਲਿਆਂ ਦੀ ਖਾਸੀਅਤ ਹੈ, ਕੁਛ ਮਾੜੀ ਮੋਟੀ ਕਰਨ ਵਾਲਿਆਂ ਦੀ ਖਾਸੀਅਤ ਹੈ, ਬਟ ਜਿਵੇਂ ਮਰਜ਼ੀ ਇੱਕ ਟੀਮ ਵਰਕ ਨਾਲ ਇਹਨੂੰ ਚਾਰ ਚੰਦ ਲੱਗੇ। ਭਾਜੀ ਇੱਕ ਆਖਰੀ ਅਗਰ ਤੁਸੀਂ ਸੁਨੇਹਾ ਜਾਂ ਕਹੀਏ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੋ ਕਿਉਂਕਿ ਬੜੀ ਬਾਖੂਬ ਬਕਮਾਲ ਮੂਵੀ ਹੈ, ਇੱਕ ਵਾਰੀ ਆਪਦੇ ਮੂਵੀ ਸੁਨੇਹਾ ਸਾਰਿਆਂ ਦਰਸ਼ਕਾਂ ਨੂੰ ਇਹ ਹੈ ਵੀ ਫਿਲਮ ਥੀਏਟਰ 'ਚੋਂ ਲੱਥਣ ਦੀ ਵੇਟ ਨਾ ਕਰਿਓ, ਇੱਕ ਤੁਹਾਡੇ ਤੋਂ ਗਲਤੀ ਹੋ ਜੂਗੀ ਬਿਕੋਜ਼ ਇਹ ਬਹੁਤ ਇੱਕ ਲਾਰਜਰ ਦਨ ਲਾਈਫ ਐਕਸਪੀਰੀਅੰਸ ਆ, ਇੱਕ ਗ੍ਰੈਂਡ ਹਿਊਮੰਗਸ ਫਿਲਮ ਹੈ, ਇਹਨੂੰ ਸਿਨੇਮਾ ਘਰਾਂ ਵਿੱਚ ਹੀ ਵੇਖ ਕੇ ਸਵਾਦ ਆਉਣਾ ਬਾਈ, ਇਹਨੂੰ ਡੋਂਟ ਵੇਟ ਕਿ ਇਹ ਉੱਤਰ ਜਾਵੇ OTT ਤੇ ਆ ਜਾਏ, ਤੁਸੀਂ TV ਤੇ ਮੋਬਾਈਲ ਫੋਨ ਤੇ ਇਹਦਾ ਮਜ਼ਾ ਬਿਲਕੁਲ ਉੱਧਰ ਵੀ ਠੀਕ ਲੱਗੂਗੀ ਪਰ ਤੁਸੀਂ ਉਦੋਂ ਸੋਚੋਗੇ ਯਾਰ ਵੀ ਆਈ ਚੀਜ਼ ਸਿਨੇਮੇ 'ਚ ਵੇਖੀ ਹੁੰਦੀ ਕਿੰਨੀ ਵਧੀਆ ਹੋਣੀ ਸੀ।